ਆਲਮੀ ਕੰਟੈਕਟ ਫੋਰਸ ਐਕਸ਼ਨ ਕਮੇਟੀ ਆਲ ਇੰਡੀਆ ਪ੍ਰੈਜੀਡੈਂਟ ਮੈਂ ਅਜੇ ਖੋਸਲਾ ਜਲੰਧਰ ਤੋਂ। ਅੱਜ ਅਸੀਂ ਅੰਮ੍ਰਿਤਸਰ ਆਏ ਹਾਂ। ਇੱਥੇ ਅਸੀਂ ਅੱਜ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ 128ਵਾਂ ਜਨਮ ਦਿਨ ਦਿਹਾੜਾ ਜਿਹੜਾ ਮਨਾਇਆ ਗਿਆ, ਔਰ ਸਾਡੇ ਵੀਰ ਜਿਹੜੇ ਅੱਜ ਟਾਈਗਰ ਫੋਰਸ ਜਿਨ੍ਹਾਂ ਨੇ ਜੁਆਇਨਿੰਗ ਕੀਤੀ ਆ, ਜਿਨ੍ਹਾਂ ਨੂੰ ਅਸੀਂ ਸ਼ਹਿਰੀ ਪ੍ਰਧਾਨ ਸਨੀ ਪੱਟੀ ਜੀ, ਵੀਰ ਸੁਰਿੰਦਰ ਜੀ ਜਿਨ੍ਹਾਂ ਨਾਲ ਸ਼ਹਿਰੀ ਪ੍ਰਧਾਨ ਇੱਥੇ ਅਸੀਂ ਨਿਯੁਕਤ ਕੀਤਾ ਵਾਲਮੀਕਨ ਟਾਈਗਰ ਫੋਰਸ ਐਕਸ਼ਨ ਕਮੇਟੀ ਆਲ ਇੰਡੀਆ ਮਾਧਿਅਮ ਤੋਂ, ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਕਿ ਅਸੀਂ ਆਪਣੀ ਭਾਰਤ ਦੇ ਮੂਲ ਨਿਵਾਸੀਆਂ ਲਈ ਅਤੇ ਭਾਰਤ ਪੂਰੇ ਭਾਰਤ ਦੇਸ਼ ਵਾਸੀਆਂ ਲਈ ਅਸੀਂ ਅੱਗੇ ਹੋ ਕੇ ਕੰਮ ਕਰਾਂਗੇ, ਆਪਣੇ ਸਮਾਜ ਦੀ ਸੇਵਾ ਕਰਾਂਗੇ। ਔਰ ਅੱਜ ਦੇ ਦਿਨ ਦੀ ਮੈਂ ਸਾਰੇ ਹੀ ਭਾਰਤ ਦੇ ਮੂਲ ਨਿਵਾਸੀ ਸਮਾਜ ਨੂੰ ਅਤੇ ਪੂਰੇ ਭਾਰਤ ਨੂੰ ਅਤੇ ਪੂਰੇ ਆਲ ਵਰਲਡ ਨੂੰ ਅੱਜ ਦੇ ਦਿਨ ਦੀਆਂ ਵਧਾਈਆਂ ਦੇਣਾ ਚਾਹੁੰਦਾ। 128ਵਾਂ ਜਨਮ ਦਿਨ ਦਿਹਾੜਾ ਜਿਹੜਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ, ਔਰ ਮੈਂ ਇੱਕ ਮੈਸੇਜ